ਸਬਸਕ੍ਰਾਈਬ ਕਰੋ ਦਿਵਿਆ ਪੰਜਾਬ। ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅੱਜ ਪ੍ਰਸ਼ਾਸਨਕ ਅਧਿਕਾਰੀਆਂ ਤੇ ਕਿਸਾਨਾਂ ਵਿੱਚ ਜ਼ਮੀਨ ਅਕਵਾਇਰ ਕਰਨ ਦਾ ਮਾਮਲਾ ਸੁਲਝ ਗਿਆ ਹੈ। ਅੱਜ 3 ਦੌਰ ਦੀ ਚੱਲੀ ਮੀਟਿੰਗ ਤੋਂ ਬਾਅਦ ਕਿਸਾਨਾਂ ਵਿੱਚ ਪ੍ਰਤੀ ਏਕੜ 34 ਲੱਖ ਰੁਪਏ ਵਿੱਚ ਸਹਿਮਤੀ ਬਣ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬਾਰੇ ਮਹਿੰਦਰਾ ਬੈਂਕ ਮਾਲੇਵਾਲ ਵਿੱਚ ਪਹਿਲੀ ਕਿਸ਼ਤ ਕਿਸਾਨਾਂ ਨੂੰ ਦੇਣ ਲਈ ਪੈਸੇ ਸਰਕਾਰੀ ਖਾਤੇ ਵਿੱਚ ਪਹੁੰਚ ਚੁੱਕੇ ਹਨ, ਜੋ ਕਿ ਜਲਦੀ ਹੀ ਕਿਸਾਨਾਂ ਨੂੰ ਦੇ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਕਿਸਾਨਾਂ ਵਿੱਚ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਵਿੱਚ ਅੜਿੱਕਾ ਬਣਿਆ ਹੋਇਆ ਸੀ, ਪਰ ਹੁਣ ਇਹ ਵਿਵਾਦ ਸੁਲਝ ਜਾਣ ਨਾਲ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਕੰਮ ਸ਼ੁਰੂ ਹੋ ਜਾਏਗਾ। ਸਰ, ਅੱਜ ਉਹਨਾਂ SDM ਸਾਹਿਬ ਨੇ ਕਿਸਾਨ ਸਮੂਹ, ਕਿਸਾਨ ਜਿਹੜੇ ਸੱਦੇ ਸੀ, ਜਿਹੜੇ ਕੋਰੀਡੋਰ ਦੇ ਵਿੱਚ ਰਸਤੇ ਜਿਹਨਾਂ ਜ਼ਮੀਨਾਂ ਆ ਰਹੀਆਂ ਸੀ, ਉਹਨਾਂ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਜਿਹੜਾ ਉਹ 17 ਲੱਖ ਰੁਪਈਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜਾ ਉਹ ਮੁਆਵਜ਼ਾ ਤੈਅ ਕੀਤਾ। ਇਹ ਤੋਂ ਜਿਹੜਾ ਅਗਲਾ ਸਟੈਪ ਸਾਡਾ ਹੋਏਗਾ ਉਹ ਅਸੀਂ ਆਰਬੀਟ੍ਰੇਸ਼ਨ ਦੇ ਵਿੱਚ ਜਾ ਕੇ ਜਾਂ ਕੋਰਟ ਦੇ ਵਿੱਚ ਆਪਣਾ ਜੋ ਵੀ ਮੁਆਵਜ਼ਾ ਜਿਹੜਾ ਉਹ ਅਸੀਂ ਲਵਾਂਗੇ। ਸੋ ਫਿਲਹਾਲ ਜਿਹੜੀ ਸਾਡੀ 17 ਲੱਖ ਰੁਪਏ ਦੀ ਗੱਲ ਤੈਅ ਹੋ ਚੁੱਕੀ ਹੈ। ਤੁਸੀਂ ਹੁਣ ਪ੍ਰਸ਼ਾਸਨ ਵੱਲੋਂ ਲੈ ਕੇ ਫੈਸਲੇ ਤੋਂ ਸੰਤੁਸ਼ਟ ਹੋ? ਸਰ, ਜ਼ਿਮੀਂਦਾਰ ਇਹ ਤੋਂ ਵੱਧ ਹੋਰ ਕਰ ਵੀ ਕੁਛ ਨਹੀਂ ਦੇ ਸਕਦੇ। ਜ਼ਿਮੀਂਦਾਰਾਂ ਨੂੰ ਪਤਾ ਵਾ ਵੀ ਅਸੀਂ ਇੱਥੋਂ ਦਾ ਕੀ ਜਿਹੜਾ ਜੋ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਗਏ। SDM ਸਾਹਿਬ ਨੇ ਕਿਹਾ ਵੀ ਮੇਰੇ ਕੋਲ ਪਾਵਰਾਂ ਇੰਨੀਆਂ ਨਾ, ਜਿੰਨੀਆਂ ਮੇਰੇ ਕੋਲ ਪਾਵਰਾਂ ਨੇ, ਮੈਂ ਉਹਦੇ ਤਹਿਤ ਤੁਹਾਨੂੰ ਜਿਹੜਾ 17 ਲੱਖ ਰੁਪਈਆ। ਇਸ ਸਹਿਮਤੀ ਤੋਂ ਬਾਅਦ ਤੁਸੀਂ ਮੈਨੂੰ ਆਪਣੇ ਪੈਲੀਆਂ ਦੇ ਵਿੱਚ ਕੰਮ ਸ਼ੁਰੂ ਕਰਵਾ ਦੋਗੇ ਉਹਨਾਂ ਦਾ? ਹਾਂ, ਕੰਮ ਸ਼ੁਰੂ ਕਰ ਲੈਣ ਆਪਣਾ, ਸਾਨੂੰ ਮੁਆਵਜ਼ਾ, ਫਸਲ ਦਾ ਮੁਆਵਜ਼ਾ ਦੇ ਦੇਣ ਅਤੇ ਕੰਮ ਸ਼ੁਰੂ ਕਰ ਲੈਣਾ ਆਪਣਾ। ਅਸੀਂ ਕੰਮ ਨੂੰ ਨਹੀਂ, ਪਹਿਲਾਂ ਵੀ ਨਹੀਂ ਡੱਕਿਆ, ਅਤੇ ਗੁਰੂ ਨਾਨਕ ਦੇ ਘਰ ਨੂੰ ਰਾਹ ਰਸਤਾ ਜਿਹੜਾ ਇਹ ਜਾ ਰਿਹਾ ਵਾ, ਦੋਨਾਂ ਦੇਸ਼ਾਂ ਨੂੰ ਇੱਕ ਕਰਨ ਲਈ ਰਸਤਾ ਜਾ ਰਿਹਾ, ਅਸੀਂ ਇਹਦੇ ਕਰਕੇ ਜਿਹੜਾ ਉਹ ਆਪਣਾ ਰਸਤਾ ਨਹੀਂ ਡੱਕਦੇ। ਅਤੇ ਉਹ ਸਾਡੀ SDM ਸਾਹਿਬ ਨਾਲ ਗੱਲ ਹੋ ਗਈ ਆ ਵੀ ਸਵੇਰੇ ਖੇਤੀਬਾੜੀ ਵਿਭਾਗ ਨੂੰ ਨਾਲ ਲੈ ਕੇ ਫਸਲਾਂ ਦੇ ਰੇਟ ਤੈਅ ਕੀਤੇ ਜਾਣਗੇ, ਉਹਦੇ ਉੱਤੇ ਵੀ 100% ਸਲਿਊਸ਼ਨ ਤੁਹਾਨੂੰ ਦਿੱਤਾ ਜਾਏਗਾ, ਉਹਨਾਂ ਵੀ ਜੋ ਉਹਦਾ ਬੰਦਾ ਕਾਨੂੰਨ ਮੁਤਾਬਕ। ਵਿਨੋਦ ਸੋਨੀ, ਦਿਵਿਆ ਪੰਜਾਬ TV, ਡੇਰਾ ਬਾਬਾ ਨਾਨਕ।